ਅੱਜ ਕੀ ਕਰ ਰਹੇ ਹੋ? ਸਿੱਧਾ ਬੋ ਇਹ ਸੰਜਣੀ ਮਾਰਾ ਖਾਧੀ ਨਾ ਇਹ ਪੁੱਤਰ ਤੂੰ ਖਾਏ ਨਾ ਤੂੰ ਲਗੀ ਬੰਦਾ ਬਿਠਾਇਆ ਇੱਥੇ ਸ਼ਾਮੀ ਪੈਸੇ ਵੀ ਖੜ ਲਏ ਸ਼ਗਿਰਦੀ ਵੀ ਕਰਨਾ ਆ ਸਾਰਾ ਕੁਝ ਕਰਨਾ ਹੈ ਰੋਟੀ ਆਉਂਦੀ ਆ ਕੋਈ ਨੀ ਨਾ ਉਸਤਾਦ ਜੀ ਆਣਾ ਆਣਾ ਇਸ ਕੀ ਕੋਈ ਗੱਲ ਦਰਸ਼ੁ ਕਮ ਜੈਨੂ ਕਰਿਆ ਕਰ ਜੈਨੂ ਕੰਮ ਕਰਿਆ ਕਰ ਐਵੇਂ ਥੁੱਕ ਥਿੜੀ ਦਾ ਕੰਮ ਨਾ ਕਰਿਆ ਕਰ ਸਮਝਣ ਗੱਲ ਹੈਗੀ ਇਹ ਦੁਕਾਨ ਫੜ ਜਾਵੇ ਮਸ਼ਹੂਰ ਨਹੀਂ ਐਵੇਂ ਇੱਥੇ ਕਸਟਮਰ ਐਵੇਂ ਨਹੀਂ ਟਹਿਣੇ ਉਸਤਾਦ ਜੀ ਦਿਲ ਲਈ ਤੇ ਕੰਮ ਕਰਨਾ ਦਿਲ ਲਈ ਕੇ ਕੰਮ ਇੱਥੇ ਕਰ ਸਮਾ ਨਹੀਂ ਕਿ ਉਹ ਤੂੰ ਠੀਕਾ ਡੂੰਗਾ ਤਾਂ ਵੀ ਨਹੀਂ ਕਿਤੇ ਨਹੀਂ ਸਮਝਣੇ ਨਾ ਨਹੀਂ ਨਹੀਂ ਇਹ ਤੂੰ ਜਿਹੜਾ ਸੇਮ ਪੁੱਤਰ ਇਹ ਇਸ ਤੇ ਤਾਂ ਹਲਾ ਉਸਤਾਦ ਜੀ ਨਾ ਲੋਕੀ ਆ ਕੇ ਮੈਂ ਕਸ ਮੈਂ ਨਹੀਂ ਸਮਝਣਾ ਖਬਰਦਾਰ ਜੀ ਕੁਝ ਸਮਝ ਨਹੀਂ ਕੀਤੇ ਆ ਫਿਰ ਸੇਮ ਵੀ ਉਸਤਾਦ ਸਮਝੀ ਆ ਬਸ ਉਸਤਾਦ ਜੀ ਹਾਂ ਗਰਮੀ ਬਹੁਤ ਜੇ ਕਦੇ ਠੰਡੀ ਬੋਤਲ ਮੰਗਾ ਦਿਓ ਬੋਤਲ ਮੈਂ ਤੂੰ ਕਿੱਥੋਂ ਬਣਾਉਣਾ ਨਾ ਬੋਤਲ ਮੈਂ ਰੱਖੀ ਹੈ ਹੈ ਪੀ ਬੋਤਲ ਨਾ ਇਹ ਤੇਲ ਹੈ ਪੁੱਤਰ ਇਹ ਤੇਲ ਪੱਖੇ ਦੀ ਇਹ ਜਾ ਬੈਠ ਜਾ ਬੈਠ ਕਿਹੜਾ ਦਿਹਾੜਾ ਸੀ ਮੈਂ ਕਿਹਦੀ ਗੱਲ ਹੈ ਪਰ ਸ਼ਗਿਰਦੀ ਪਰ ਰੱਖਿਆ 15,000 ਉਹ ਤੂੰ ਪੈਸੇ ਆਉਂਦੇ ਨਹੀਂ ਜਦੋਂ ਪਿਆ ਖੜੇ ਚਲੋ ਨਾ ਹਾਂ ਆਉਂਦੇ ਸੀ ਕਿੰਨੇ ਦਿੱਤੇ ਨੇ ਉਹਨਾਂ 250 250 ਜੀ 24,000 ਦੇ ਪੈਪ ਸਿਰ 250 ਆਉਂਦਾ ਜੀ ਸਾਜ ਜੀ ਆਰੇ ਬਕਾਇਆ ਦੇਸਾ ਸ਼ਾਮੀ ਦੁਕਾਨ ਉੱਪਰ ਜਿਹੜੇ ਤੁਸੀਂ ਦੇਸੇ ਸਨ ਉਹ ਸਾਰੇ ਉਹ ਇਸ਼ਤਿਹਾਰ ਸ਼ਾਰ ਲਾਈ ਛੱਡੇ ਨੀ ਜੀ ਸਾਰੇ ਇਸ਼ਤਿਹਾਰ ਲਾ ਦਿੱਤੇ ਮਾਰਕੀਟਾਂ ਵਿੱਚ ਚੌਕ ਵਿੱਚ ਗਲੀਆਂ ਵਿੱਚ ਅੱਛਾ ਸ਼ਾਪਿੰਗ ਮਾਲ ਵਿੱਚ ਸ਼ਾਪਿੰਗ ਮਾਲ ਇੱਥੇ ਯਾਰ ਸਾਰੇ ਬੰਦਾ ਥੱਕੀ ਜਾਣਾ ਕਿਹੜੀ ਸੋਹਣੀ ਵਾਈ ਹੈ ਠੱਡੀ ਠਾਰ ਨਾਲੇ ਮਾਸ਼ਾਲਾ ਮਾਸ਼ਾਲਾ ਆਏ ਬੇਸ਼ਤੀ ਆਪਣੇ ਹੱਥਾਂ ਨਾਲ ਬੂਟੇ ਲਾਈ ਗਏ ਕਿਹੜੇ ਸੋਹਣੇ ਘਣੇ ਬਣੀ ਗਏ ਸ਼ੁਕਰ ਹੈ ਕੈਸੀ ਸੋਹਣੀ ਛਾਵੀ ਹੈ ਇਹ ਕਿਸ ਇਸ ਮੈਰਾ ਕੀ ਕਿਆ ਆਖਾਂ ਹਰ ਵੇਲੇ ਅੰਦਰ ਹੀ ਬੈਠੀ ਹੋਣੀ ਹੈ ਤੇ ਲਾ ਜੀ ਕੀ ਪੱਖੇ ਨਹੀਂ ਬਹੁਜ ਮੈਂ ਤਾਂ ਤੁਬਾ ਤੁਬਾ ਮੀ ਕਿਤੇ ਉਹ ਸੜ ਪੈਣੇ ਮੈਂ ਤਾਂ ਅੰਦਰ ਬਹਿ ਨਾ ਸਕਣੀ ਹੈ ਤਾਂ ਠੇਡੀ ਠਾਰ ਜਿਹੜੀ ਸੁਣ ਛਾਵੀ ਹੈ ਇਹ ਤੱਕੋ ਨਾ ਚੰਗਾ ਭਲਾ ਪੱਖਾ ਸਾਹਮਣੇ ਲਗਾਇਆ ਪਿਆਇਆ ਤਾਂ ਮੈਂ ਇਸਕੀ ਲਾਤ ਸਹੀ ਨਾ ਕੋਈ ਨਹੀਂ ਚੱਲਣਾ ਪਿਆ ਸਵਿੱਚ ਖਰਾਬ ਹੋਇਆ ਆ ਸੁਮੈਰਾ ਇਹ ਤੂੰ ਤੱਖਾਂ ਕਿਆ ਪਤਾ
ਕੋਈ ਨਹੀਂ, ਸੁਚਨ ਘਰ ਕੁੱਠਾ ਖਰਾਬ ਵਿਆ ਤਾਂ ਇੱਥੋਂ ਕਿਆ ਚਲਸੀ। ਹਾਏ ਇਹ ਵੀ ਮੁੰਨੇ ਸਹਿਤਰਾਂ, ਇਹ ਮਿੰਟ ਲੱਗਣਾ ਚੱਲੇ, ਮਿੰਟ ਲੱਗਣਾ ਬੰਦ ਹੋਈ ਗੱਸਣੇ। ਕਿਆ ਕਰਾਂ ਹੁਣ, ਹੁਣ ਘਰਾਂ 'ਚ ਕੋਈ ਮਰਦ ਵੀ ਨਹੀਂ ਜਿਹੜਾ ਇਸਕੀ ਚਾਹੀ, ਤਾਂ ਮੈਂ ਤਾਂ ਹੁਣ ਸਿਰਾ ਪਰ ਚਾਹੀ ਖੜੀ ਨਾ ਸਕਣੀ, ਤਾਂ ਸੁਮਹਿਰਾ ਜਵਾਨ ਜਾਨ ਬੱਚੀ ਕੀ ਕੁਛ ਭੇਜਾਂ, ਕਿਆ ਕਰਸਾਂ ਮੈਂ। ਇਹ ਸੁਮਹਿਰਾ ਇਹ ਅੰਦਰੂ ਨਿਕਲਣਾ। ਆਈ ਅੰਮੀ ਜੀ, ਕੀ ਹੋਇਆ? ਕੀ ਹੋਇਆ ਨੀ ਆਖ, ਕਹਿ ਕਿਝ ਨਹੀਂ ਹੋਇਆ। ਐਸ ਕੀ ਮਿਰਚ ਲਾਇਆ ਸੀ ਤਾਂ ਉਹ ਖਰਾਬ ਹੋਇਆ, ਸਵਿੱਚ ਚੱਲਣਾ ਹੀ ਨਹੀਂ ਪਿਆ, ਜਾਂ ਪੱਖਾ ਖਰਾਬ ਹੋ ਗਿਆ ਸੜੀ ਗਿਆ, ਜਾਂ ਫਿਰ ਉਹ ਸਵਿੱਚ ਖਰਾਬ ਹੋ ਗਿਆ। ਹਾਂ ਹੁਣ ਕਿਆ ਕਰੀਏ। ਮੈਂ ਸੁਬਹਾ ਤਾਂ ਲਾਇਆ ਸੀ ਅੰਮੀ, ਚੰਗਾ ਭਲਾ ਚੱਲ ਰਿਹਾ ਸੀ, ਚੱਲਦਾ ਚੱਲਦਾ ਆਪਣੇ ਆਪ ਬੰਦ ਹੋ ਗਿਆ। ਚੱਲਣਾ ਸੀ ਅੰਮੀ, ਮੈਨੂੰ ਆਪ ਹੀ ਟੈਨਸ਼ਨ ਲੱਗ ਗਈ, ਇਹ ਚੰਗਾ ਭਲਾ ਚੱਲਦਾ। ਤੁਹਾਡੀ ਟੈਨਸ਼ਨ ਨਹੀਂ ਛੋੜ, ਹੁਣ ਇਹ ਸੋਚ ਇਹ ਠੀਕ ਕਿਸ ਤਰ੍ਹਾਂ ਹੋ ਸੀ, ਜਾਂ ਤਾਂ ਪੱਖਾ ਸੜਿਆ ਅਤੇ ਜਾਂ ਫਿਰ ਇਸ ਨਾਲ ਸਵਿੱਚ ਖਰਾਬ ਹੋਇਆ। ਹੁਣ ਕਿਸ ਕੀ ਬੁਲਾਂ, ਕਿਆ ਕਰਾਂ, ਸੋਚੋ। ਬਿਜਲੀ ਆਉਣਾ ਆਨਸੋ ਤਾਂ ਉਹ ਹੀ ਠੀਕ ਕਰ ਸੀ। ਹਾਂ ਕੁਛ ਇਲੈਕਟ੍ਰੀਸ਼ਨ ਨਾ ਸੋਚ ਰਹੀ ਹੈ ਨਾ, ਪੀ ਮੜੇ ਠਹਿਰਨਾ, ਚੁੱਪ ਕਰਨਾ। ਹਾਂ ਸੱਚੀ, ਕੱਲ੍ਹ ਮੈਂ ਗਈ ਸਾਂ ਸਟੋਰ ਹੈ, ਪਰ ਕਿੰਨੇ ਤੀਆਂ ਚੀਨੀ ਪੱਤੀ ਅਤੇ ਦਾਲ ਆਏ, ਉੱਥੇ ਲਗਾ ਸਾ ਇੱਕ ਪੋਸਟਰ ਜਿਹਾ, ਉੱਥੇ ਲਿਖਿਆ ਸਾ ਮਿੱਠੂ ਇਲੈਕਟ੍ਰੀਸ਼ਨ, ਨੰਬਰ ਵੀ ਲਿਖਿਆ ਸਾ। ਅੱਛਾ, ਮੋਬਾਈਲ ਆਉਣ, ਮੋਬਾਈਲ ਆਉਣ, ਅੱਛਾ ਜਲਦੀ ਆਉਣ, ਜਲਦੀ। ਸ਼ੁਕਰ ਹੈ ਮੈਂ ਉਸੇ ਸੇਵ ਕਰੀ ਕੀਤਾ ਸਾ ਨੰਬਰ। ਬਸ ਬਸ ਠੀਕ ਹੋ ਗਿਆ ਸੀ, ਠੀਕ ਹੋ ਗਿਆ ਸੀ। ਇਸ ਵਾਸਤੇ ਮੈਂ ਚੁੱਪੀ ਆਖਣਾ, ਉਸਤਾਦ ਜਿਹੜੀ ਗੱਲ ਕਰੇ ਉਸਕੀ ਧਿਆਨ ਨਾਲ ਸੁਣੋ, ਗੌਰ ਨਾਲ ਸਮਝੋ, ਤਾਂ ਬੰਦਾ ਤਰੱਕੀ ਕਰਨਾ, ਤਾਂ ਬੰਦਾ ਅੱਗੇ ਦੱਸਣਾ। ਉਹ ਸੁਣਿਆ ਨਹੀਂ ਤੂੰ, ਫਕੀਰ ਨਹੀਂ ਗੱਲ ਹੈ ਪਿੱਛੇ ਕੋਈ ਗੱਲ ਹੋਣੀ ਹੈ, ਇਸੇ ਤਰ੍ਹਾਂ ਉਸਤਾਦ ਨਹੀਂ ਗੱਲ ਹੈ ਪਿੱਛੇ ਕੋਈ ਗੱਲ ਹੋਣੀ ਹੈ, ਉਸਕੀ ਪਿੱਕ ਕਰਨਾ ਹੋਣਾ। ਸਮਝੀ ਕਿਵੇਂ ਕੀ ਗੱਲ? ਬਿਲਕੁਲ ਮੈਂ ਤਾਂ ਕਿਹਾ ਤੂੰ ਬੇਤਿਆ ਜੀ ਕੀਤੀ ਤਾਂ ਚੁੱਕਣ ਦਾ ਸ਼ਾਇਦ ਤੋਂ ਰਾਤ ਮੇਰੇ ਬਟਨ ਨਾਲ ਘਰ ਆਉਂਦਾ। ਹੈਲੋ ਚਾਹੇ ਕਿੰਨਾ ਚੁੱਪ ਰੋਣਾ ਨਾ ਬਾਈ, ਕਿਆ ਤਕਣਾ ਹੈ, ਕਿਆ ਤਕਣਾ ਹੈ, ਤੁਹਾਡੇ ਘਰੋਂ ਫੋਨ ਆਇਆ, ਅਨਨੋਨ ਨੰਬਰ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਮਿੱਠੂ ਇਲੈਕਟ੍ਰੀਸ਼ਨ ਗੱਲ ਪੇ ਕਰਨੇ ਹੋ? ਜੀ ਜੀ, ਮਿੱਠੂ ਇਲੈਕਟ੍ਰੀਸ਼ਨ। ਹਾਲਾ ਕੀ ਹਾਲ ਹੈ? ਠੀਕ ਆ। ਮੈਂ ਕੱਲ੍ਹ ਤੁਸੀਂ ਸਟੋਰ ਉੱਪਰ ਲਿਖਿਆ ਸਾ ਨੰਬਰ ਕਾਗਜ਼ਾਂ ਉੱਪਰ, ਤਾਂ ਉਹ ਲਗਾ ਸਾ, ਤਾਂ ਉਹ ਉੱਥੇ ਫਿਰ ਮੈਂ ਸੇਵ ਕਰੀ ਕੀਤਾ ਸਾ ਜੀ। ਅੱਛਾ, ਸਾਡੇ ਪਤਾ ਨਹੀਂ ਪੱਖਾ ਸੜੀ ਗਿਆ, ਪਤਾ ਨਹੀਂ ਸਵਿੱਚ ਖਰਾਬ ਹੋਈ ਗਿਆ, ਪਤਾ ਨਹੀਂ ਕਿਆ ਹੋਇਆ। ਪੱਖਾ ਖਰਾਬ ਹੋਇਆ ਜੀ, ਅਸਾਂ ਠੀਕ ਕਰਨੇ ਆ ਜੀ। ਜੀ ਹਾਂ ਜੀ,
ਪੱਖੇ ਹੋ ਗਿਆ, ਮੋਟਰਾਂ ਹੋ ਗਈਆਂ, ਕਾਰਨਿੰਗ ਵਾਇਰਿੰਗ ਵਗੈਰਾ, ਕੋਈ ਬਟਨ ਵਗੈਰਾ। ਤਾਂ ਆਰ ਐੱਸ ਓ ਜੀ ਜੀ, ਕਾਰ ਵੀ ਅੱਛੀ ਕਿ ਠੀਕ ਕਰੀ ਸਕਦੇ ਹਾਂ ਜੀ। ਹਾਂ ਹਾਂ, ਬਹੁਤ ਸ਼ੁਕਰੀਆ ਜੀ ਜੀ। ਔਰ ਪੈਸੇ ਦਾ ਕੋਈ ਮਸਲਾ ਨਹੀਂ ਜੀ, ਪੈਸੇ ਕਰੀ ਗਏ ਕੋਈ ਮਸਲਾ ਨਹੀਂ, ਸਾਡਾ ਕੰਮ ਹੋਈ ਕੁਛ ਹੈ ਤਾਂ ਕੋਈ ਐਸੀ ਟੈਨਸ਼ਨ ਨਹੀਂ ਹੈ ਜੀ। ਮੈਂ ਜੀ ਤੁਸੀਂ ਫੋਨ ਬੰਦ ਕਰ ਸੋ, ਮੈਂ ਤੁਸੀਂ ਨਿਗੇਟ ਹੈਗਾ ਇਨਸ਼ਾਅੱਲਾ। ਹਾਂ ਮੈਂ ਨੰਬਰ ਹਾਂ ਦੱਸਣੀ ਆ, ਲਿਖੋ ਨਾ 123 ਗਲੀ ਨੰਬਰ 2 ਪਿੰਡ ਬਨਕਾ, ਮੂੰਹ ਸਿੱਧਾ ਸਿੱਧੇ ਸਿੱਧੇ ਤੀਰ ਤੁਸੀਂ, ਹਾਂ ਹਾਂ ਸੜਕਾਂ ਦਾ, ਬਿਲਕੁਲ ਬਿਲਕੁਲ। ਅੱਛਾ ਅੱਛਾ, ਰੋਡ ਨਾਲ, ਠੀਕ ਹੈ, ਖੱਬੇ ਪਾਸੇ ਜੀ, ਮੈਂ ਬਿਲਕੁਲ ਸਮਝੀ ਗਿਆ ਜੀ, ਠੀਕ ਹੈ। ਹਾਂ ਪੁੱਜ ਗਿਆ ਸਰ, ਭਲਾ ਹੋਵੇ ਨਹੀਂ ਜੀਣੇ ਦਾ, ਭਲਾ ਜੀ, ਮਿਹਰਬਾਨੀ, ਅੱਲਾ ਹਾਫਿਜ਼। ਹਾਮੀ ਕੀ ਹੋਇਆ ਦੱਸੋ। ਓ ਯਾ ਸੁਹਾ ਗਏ ਨਹੀਂ ਮੁੱਠ ਹੈ, ਆਖਣਾ ਮੈਂ ਨਾ ਹੱਸਣਾ, ਮੈਂ ਫਿਰ ਚੱਲੀ ਅੰਦਰ। ਤੂੰ ਚੱਲੀ ਨਹੀਂ, ਤੂੰ ਗੋਸ ਕੀ ਚਾਸ ਰਹਿ ਪਰ ਤੇ ਕੀ ਕਿਨ ਕਾ ਗੋਸ ਦੁਕਾਨਾ। ਮੈਂ ਨਹੀਂ ਜਾਣਾ, ਮੈਂ ਅੰਦਰ ਏਅਰ ਕੂਲਰ ਅੱਗੇ ਬਹਿਣ ਲੱਗੀ ਹਾਂ, ਮੈਂ ਨਹੀਂ ਚੁੱਕ ਕੇ ਲੈ ਕੇ ਜਾਣਾ, ਮੈਂ ਆਪਣੀ ਬੇਇੱਜ਼ਤੀ ਕਰਾਉਣੀ ਹੈ। ਕੋਈ ਨਹੀਂ ਪਰੇਸ਼ਾਨੀ ਨਹੀਂ, ਗੱਲ ਮੜਕੀ ਹੁਣ ਹੈ, ਉਹ 10 ਮਿੰਟਾਂ 'ਚ ਆ ਰਹੇ ਸੀ, ਮੈਨੂੰ ਮਜ਼ਾਕ ਕੀਤਾ। ਚੱਲ ਉਹ ਹੱਸਣਾ, ਚਲੋ ਠੀਕ ਹੈ। ਫਿਰ ਅੰਦਰ ਇਹ ਤਾਂ ਛਾਵੇਂ ਵਿਆਹ ਕਰਨਾ, ਕਿਹੜੀ ਸੋਹਣੀ ਮਾਸ਼ਾਅੱਲਾ ਅੰਬਨ ਛਾਵੀ ਹੈ, ਹਰ ਚੀਜ਼ ਹਰ ਬੂਟਾ ਲਗਾ ਬੇਚਤੀ ਅੱਬੂ, ਲਾਈ ਦੇ ਸੜਨੀ ਨਾ, ਕੋਈ ਨਹੀਂ ਕੁੜੀ ਕੀ ਕਿਆ ਪਤਾ। ਇਹ ਪੁੱਤਰ ਹੋਣੀ, ਇਹ ਪੋਸਟਰ ਲਾਉਣੇ ਨਾ, ਇਹ ਪਬਲਿਕ ਸਿਟੀ ਕਰਨੇ ਨਾ, ਉਹ ਆਉਣੇ ਨੇ, ਚਾਰ ਅਨਵੀ ਚੀਜ਼ ਹੋਵੇ ਨਾ ਤੇ ਲੱਖਾਂ ਰੁਪਏ ਲਾਉਣਾ ਪੈਣਾ ਉਸਦੀ ਪਬਲਿਕ ਸਿਟੀ ਉੱਪਰ, ਤਾਂ ਕਿ ਠੀਕ ਹੈ ਕੰਮ ਚੱਲਣਾ। ਚਾਹ ਚਾਹ ਟੂਰ ਪਲਾਜ਼ਾ, ਚਲੋ ਸਾਰੇ ਉਸਾਰ ਚਾਹੀ ਬਾਅਦ ਕਰ ਸਾ, ਚਾਹ 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 ਬੈਰ ਕਰ ਬੈਰ ਕਰ, ਦਿਹਾੜੀ ਆਈ ਹੈ ਦਿਹਾੜੀ ਆਈ ਹੈ, ਇੱਥੇ ਰੱਖ ਦੇ ਪੂਰੇ ਕਰ ਪੂਰੇ ਕਰ ਪੂਰੇ ਕਰ। ਟੈਸਟ ਹੈ, ਟੈਸਟ ਵੀ ਹੈ, ਥੋੜ੍ਹੀ ਥੋੜ੍ਹੀ ਵੀ ਪੇਸ਼ਕਸ ਪੇਸ਼ਕਸ ਵੀ ਹੈ। ਚਲਾ ਪੁੱਤਰਾ, ਆਹ ਉਹ ਕਿਵੇਂ ਮੂੰਹ ਲਟਕਾਇਆ ਸੀ, ਕੋਈ ਗੱਲ ਵੀ ਤਾਂ ਦੱਸ ਨਾ, ਐਵੇਂ ਸਿਰ ਸਟਿਆ ਸੀ। ਉਹ ਤੁਹਾਡੇ ਨਾਲ ਨਹੀਂ ਮੈਂ ਆ। ਹੈਲੋ ਜੀ ਚਾਚਾ, ਕਹੀ ਹੋ ਕੀ ਪਰੇਸ਼ਾਨ ਹੈ? ਉਹ ਚਾਚਾ ਕਹਿ ਦੱਸਾਂ ਇਹ ਕਿਉਂ ਪਰੇਸ਼ਾਨ ਆ, ਉਹ ਤਾਂ ਕੰਪਨੀ 'ਚ ਕੰਮ ਕਰਨਾ ਸਾਂ, ਉਹਨਾਂ 200 ਬੰਦਾ ਇਕੱਠਾ ਕਰੀ ਖੜੇ ਨੇ ਨਾਲ, ਵੀ ਕੀ ਫਾਰਕ ਕਰੀ ਸਕਿਆ ਨੇ, ਹੁਣ ਕਿਆ ਕਰਸਾਂ, ਉਹ ਇਸ ਗੱਲੋਂ ਪਰੇਸ਼ਾਨ ਹੈ। ਹਾਂ ਦੱਸੋ ਨਾ ਕਿਆ ਕਰਾਂ, ਕੱਲਾ ਦੇਣਾ ਵਾ ਇਲਾ ਨੇ ਬੰਦਿਆ, ਗੱਲ ਸੁਣ ਮਾੜੀ, ਇੱਧਰ ਪਾਣੀ ਉਹਨੇ ਇੱਕ ਜਗ੍ਹਾ ਰਿਜ਼ਕ ਬੰਦ ਹੋਣਾ ਤਾਂ 100 ਜਗ੍ਹਾ ਅੱਲਾ ਖੋਲ ਹੀ ਸੁਣਨਾ, ਕੋਈ ਅੱਲਾ ਤੋਂ ਫਸਲ ਬਣਾਈ ਛੋੜ ਜੀ, ਪਰੇਸ਼ਾਨ ਨਾ ਹੋ, ਪਰੇਸ਼ਾਨੀ ਇਸ ਨਾਲ ਕੋਈ ਹੱਲ ਤੱਕੋ ਨਹੀਂ ਨਾ, ਠੀਕ ਆਖਣਾ ਗੱਲ ਤਾਂ ਆਉਣਾ ਠੀਕ ਆਖਣੀ। ਉਹ ਚਾਚਾ ਦੱਸੋ ਕਰਸਾਂ, ਕਹਿ ਵੇਲਾ ਬੰਦ ਆਈ ਗਿਆ, ਕੰਮ ਕਾਜ ਹੀ ਕੋਈ ਨਹੀਂ, ਕੁਦਰ ਦੱਸਾਂ ਉਹ ਜਿਸ ਪੈਦਾ ਕੀਤਾ ਉਸ ਰਿਜ਼ਕ ਨਾ ਜਾਮਨ ਆਣਾ, ਉਹ ਦੇਸੀ ਨਾ ਰਿਜ਼ਕ ਹੋਏ ਚੱਲਿਆ, ਐਵੇਂ ਪਰੇਸ਼ਾਨ ਹੋਣਾ ਪਿਆ। ਪਰ ਗੱਲ ਸੁਣ ਮਾੜੀ, ਅਸਾਂ ਲੋਕਾਂ ਵੀ ਇੱਕ ਵਤੀਰਾ ਬਣਾਈ ਕਿਤਾ ਨਾ ਬਈ, ਨੌਕਰੀਆਂ ਨੌਕਰੀਆਂ ਨੌਕਰੀਆਂ, ਐਵੇਂ ਨੌਕਰੀਆਂ 'ਚ ਰੱਖਿਆ ਵਾ ਕਿ ਅੱਜ ਕੱਲ੍ਹ ਮਹੀਨੇ ਤੋਂ ਬਾਅਦ ਉਹ ਖਾਲੀ ਫਿਰ ਹੈ, ਜੇਬ ਖਾਲੀ, ਜਨਾਬੇ ਵਾਲੀ ਅੰਦਰੋਂ ਚੁੱਪੜੀ ਬਾਹਰੋਂ ਚੁੱਪੜੀ ਤਾਂ ਅੰਦਰੋਂ ਖਾਲੀ, ਉਹ ਹਿਸਾਬ ਆ ਸਾਡਾ, ਨੌਕਰੀਆਂ ਨੌਕਰੀਆਂ ਘਰ ਘਰ ਸੁਣ, ਕਿਤਨੀ ਤਨਖਾਹ ਕਿੰਨਾ ਸੀ ਬਈ? ਤਨਖਾਹ 27-28 ਹਜ਼ਾਰ ਰੁਪਇਆ, ਤਾਂ ਮਸੇ ਮਰੀ ਤਾਂ ਮਹੀਨਾ ਗੁਜ਼ਰਨਾ ਸਾ, ਉਹ ਵੀ ਉਧਾਰ ਸਾਰ ਪੌੜੀ ਤਾਂ ਫਿਰ ਗੁਜ਼ਾਰਾ ਕਰਨਾ ਸਾ, ਇਹ ਗੱਲ ਹੈ ਕੋਈ ਨਹੀਂ, 28 ਹਜ਼ਾਰ ਨਾਲ ਅੱਜ ਕੱਲ੍ਹ ਬਣਨਾ ਕਿਆ? ਅਸਾਂ ਲੋਕਾਂ ਇੱਕ ਹੀ ਗੱਲ ਨਪੜੀ ਵੀ ਨੌਕਰੀ ਨੌਕਰੀ ਨੌਕਰੀ, ਨੌਕਰੀਆਂ 'ਚ ਕੁਝ ਨਹੀਂ ਰੱਖਿਆ, ਮਾੜੀ ਗੱਲ ਸੁਣ, ਅੱਜ ਇਸ ਅਕਲਾ ਹੀ ਹੱਥ ਮਾਰ, ਅੱਜ ਤੱਕ ਮਾੜਾ ਪੁੱਤਰ ਮਿੱਠੂ ਨਹੀਂ ਸਾਨੂੰ ਪੜ੍ਹਨਾ,
ਨਿੱਕਾ ਜਿਹਾ ਸਾ ਤਾਂ ਇਲੈਕਟ੍ਰੀਸ਼ਨ ਨੇ ਦੁਕਾਨਾਂ ਪਰ ਪਾ ਲਿਆ, ਆ ਜੱਲਾ ਨਹੀਂ ਮਿਹਰਬਾਨੀ ਨਾਲ, ਉਸਨੇ ਕੋਲ ਇੱਕ ਮਿੰਟ ਟਾਈਮ ਨਹੀਂ, ਆਪੂ ਦੁਕਾਨਾਂ ਨਹੀਂ ਖਲਣਾ ਜੀ, ਇੱਧਰ ਕੰਮ ਕਰ ਉੱਧਰ ਕੰਮ ਉੱਧਰ ਕੰਮ, ਹਜ਼ਾਰਾਂ ਰੁਪਈਆ ਪਿਆ ਛਾਪਣਾ, ਸਮਝ ਆਈ ਆ ਨਾ, ਉਹ ਚੱਲਿਆ ਇੱਕ ਕੰਮ ਸੀ ਕਹਿਣ ਤਾਂ ਇੱਧਰ ਕਿਸ ਲੋਕਾਂ ਦੀ ਮੁਤਾਜੀ ਖਤਮ ਹੋ ਗਿਆ ਸੀ, ਅੱਜ ਮਾੜੇ ਕੋਲ ਮੂੰਹ ਲਟਕਾਈ ਪੈਸੇ, ਕੱਲ੍ਹ ਕਿਸੇ ਹੋਰ ਕੋਲ ਮੂੰਹ ਲਟਕਾਈ ਪੈਸੇ, ਕੀ ਕੋਈ ਹੱਲ ਨਹੀਂ ਇਸ ਨਾਲ, ਮਾੜਾ ਮਤਲਬ ਬਣੇ ਨਾ ਕੋਈ ਕੰਮ ਸੀ ਕਿਸੇ ਨਾਲ, ਅਤੇ ਆਪਣਾ ਕੰਮ ਸੀ ਨਾ, ਕੋਈ ਪਰੇਸ਼ਾਨੀ ਤਾਂ ਨਹੀਂ ਆਉਣ ਲੱਗੀ ਨਾ, ਦਰਜ਼ੀਆਂ ਨਾਲ ਕੰਮ ਸੀ ਕਿ ਨਾ, ਬਿਜਲੀ ਨਾਲ ਕੰਮ ਸੀ ਕਿ ਨਾ, ਕੋਈ ਸੀ ਕਿ ਨਾ, ਅੱਜ ਕੱਲ੍ਹ ਹੁਨਰ ਵਾਲੇ ਬੰਦੇ ਦੀ ਬੜੀ ਕਦਰ ਹੀ ਹੈ, ਹੁਣ ਫਿਰ ਹੁਨਰ ਸਿੱਖਣਾ ਸ਼ੁਰੂ ਕਰਾਂ ਇਸ ਉਮਰ, ਉਹ ਹੁਣ ਕਿ ਹਾਲੇ ਕਿਆ ਗਿਆ ਵੇ, ਇਤਨਾ ਤੂੰ ਬੁੱਢਾ ਹੋਈ ਹੈ, ਉਹ ਅੱਲਾ ਨੇ ਬੰਦਿਆ ਕਿਆ ਸਿੱਖਣੇ, ਕਿਆ ਦੇਰ ਲੱਗਣੀ ਬਈ, ਅਕਲ ਕੋਈ ਅਕਲ ਆਈ ਨਾ, ਤਾਂ ਫਿਰ ਕਿਆ ਮੁਸ਼ਕਿਲ ਹੀ ਚੱਲਿਆ, ਸਿੱਖ ਤੂੰ ਕੰਮ ਕੋਈ ਤਾਂ ਮੁਤਾਜੀ ਖਤਮ, ਆਹਾਂ ਨੌਕਰੀਆਂ 'ਚ ਕੁਝ ਵੀ ਨਹੀਂ, ਆਹ ਮਹਿੰਗਾਈ ਇਤਨੀ ਹੋਏਗੀ, ਐਵ ਲੋਕ ਫੈਕਟਰੀਆਂ ਬੰਦ ਕਰਨੇ ਪਏ, ਲੋਕ ਕਿਆ ਕਰਨ ਯਾਰ, ਫੈਕਟਰੀਆਂ ਵਾਲੇ ਵੀ ਵਿਚਾਰੇ, ਸਿਸਟਮ ਵੀ ਨਹੀਂ ਇੱਥੇ, ਨਹੀਂ ਸਾਡੇ ਮੁਲਕ ਨਹੀਂ ਗੱਲ ਨਹੀਂ, ਇਹ ਦੁਨੀਆ ਨੇ ਮੁਲਕਾਂ 'ਚ ਕੀ ਹਾਲਤ, ਸਾਰਾ ਹੀ ਪਰੇਸ਼ਾਨੀ, ਸਾਰਾ ਪਰੇਸ਼ਾਨੀ, ਇਹ ਤੱਕ ਜਿਹੜੇ ਲੋਕ ਆਉਣੇ ਸਭ ਦੁਬਈ ਜੁਲੇ ਆ, ਸਾਊਦੀਆ ਜੁਲੇ ਆ, ਬਾਹਰ ਜੁਲੇ ਆ, ਉੱਥੇ ਵਿਚਾਰੇ ਤਿੱਕੇ ਖਾਣੇ ਵੀ ਵਿਹਲੇ ਬਾਂਦੇ ਬੈਠੇ ਵੇ, ਕੰਮ ਕਾਜ ਕੋਈ ਨਹੀਂ, ਮੰਗੀ ਮੰਗੀ ਤੰਗੀ, ਇੱਧਰੋਂ ਮੰਗੀ ਤੰਗੀ ਖਾਧਾ, ਉੱਧਰੋਂ ਮੰਗੀ ਕਿਚਰ ਖਾਸਾਂ ਯਾਰਾ, ਮੰਗੀ ਤੰਗੀ ਤਾਂ ਹੈ, ਹੋਵੇ ਆਪਣੇ ਪੈਰਾਂ ਪਰ ਖਲ ਖਲਾਂ ਸਿੱਖੋ, ਹੋਵੇ ਚੱਲਿਓ, ਚਾਚਾ ਕੋ ਕੰਮ ਸਿੱਖਾ ਕਰੇ, ਕੰਮ ਪੁੱਤਰ ਸਿੱਖ, ਤਾਂ ਤੂੰ ਮਾੜੀ ਗੱਲ ਜ਼ਿੰਦਗੀ ਯਾਦ ਰੱਖਿਆ ਕਿ ਚਾਚੇ ਮਸ਼ਵਰਾ ਦਿੱਤਾ ਸਾ, ਸਮਝ ਆਈ ਆ ਨਾ, ਤਾਂ ਹੁਣ ਦੇਰ ਨਾ ਕਰਿਆ, ਮੈਂ ਤਾਂ ਘਰ ਗੱਛੀ ਜਨਾਨੀ ਨੇ ਸਾਹਮਣੇ ਮੂੰਹ ਲਟਕਾਈ ਤਾਂ ਬਹਿ ਰਹੇ, ਹਾਲਾ ਫਰਿੱਜਾਂ ਏਸੀਆਂ ਨੂੰ ਕੰਮ ਸੀਗੀ ਆਏ 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 ਆਏ, ਤੂੰ ਫਰਿੱਜਾਂ ਏਸੀਆਂ ਨੂੰ ਕੰਮ ਸੀਗੀਆਂ ਤਾਂ ਤੁਹਾਡਾ, ਮੈਂ ਕਹਿਣਾ ਕਿ ਲੋਕ ਤੁਸੀਂ ਘਰੋਂ ਚਾਹੀ ਖੜੋ, ਹੁਣ ਅੱਜ ਕੱਲ੍ਹ ਲੋਕ ਇੱਕ ਮਿੰਟ ਵਾਸਤੇ ਇੱਧਰ ਮਾੜਾ ਮਿੱਠੂ, ਬਿਜਲੀ ਨਾਲ ਕੰਮ ਜਾਣਾ ਨਾ, ਏ ਸੀ ਸ਼ੇਸੀ ਨਾ ਨਹੀਂ ਕੋਈ ਜਾਣਾ, ਪੱਖੇ ਛੱਕੇ ਤੇ, ਪੱਖੇ ਤੇ ਬਿਜਲੀ, ਮੈਂ ਕਹਿਣਾ ਅਸੀਂ ਐਂ ਸਿਰ ਖੁੜਕਣੇ ਟਾਈਮ ਨਹੀਂ, ਅੱਧੀ ਰਾਤ ਹੀ ਘਰ ਹੱਸਣਾ, ਤੁਸੀਂ ਨਹੀਂ ਉਹ ਕਾਜੀ ਸ਼ਵਾ ਕਰੋ ਨਾਲ ਗੱਪ ਸ਼ੱਪ ਥਈ ਆ, ਜਿਹੜਾ ਫਰਿੱਜਾਂ ਏ ਸੀ ਨਾਲ ਕੰਮ ਕਰ ਲਏ, ਹਾਂ ਮਾੜੇ ਜਾਣਨੇ ਵਾਲੇ ਨਾ, ਉਹਨਾਂ ਦੀ ਮੈਂ ਆਖਾਂ, ਤੁਸੀਂ ਆਖਸੋ ਫਿਰ ਮਾੜਾ ਕੰਮ ਸੌਖਾ ਹੀ ਗਿਆ ਸੀ, ਮੈਂ ਇਕੱਲਾ ਗਿਆ ਤਾਂ ਆਖਸੋ ਤੂੰ ਕਿ ਹੁਣ ਕਿੱਥੇ ਕੰਮ ਹੈ, ਤੂੰ ਕੁਝ ਨਹੀਂ, ਤੂੰ ਤੁਸੀਂ ਨਾਲ ਨਹੀਂ ਲੋ, ਮੈਂ ਨਾਲ ਨਾ ਦੱਸਣਾ, ਤੂੰ ਖਾਲੀ ਉਹਨਾਂ ਕੀ ਦੱਸਣਾ, ਮਾੜੇ ਬੜੇ ਜਾਣਨੇ ਵਾਲੇ, ਤੂੰ ਉਹਨਾਂ ਕੀ ਆਖਿਆ ਚਾਚੇ ਸ਼ੇਰੂ ਭੇਜਿਆ, ਤਾਂ ਫਿਰ ਤੂੰ ਤੱਕਿਆ ਤੁਸੀਂ ਨਾ ਰੱਖੀ ਗਈ, ਬਸ ਇਹ ਵੀ ਠੀਕ, ਇਹ ਵੀ ਤੁਹਾਡਾ ਮਸਲਾ ਹੋ ਗਿਆ, ਉੱਥੇ ਗੱਛੀ ਮੈਂ ਤੁਹਾਨੂੰ ਗੱਲ ਕਰਾਈ, ਫਿਰ ਮਾੜੀ ਗੱਲ ਕਰਾਈ ਛੋੜਿਆ, ਮੈਂ ਕਾਜ਼ੀ ਹੋਰੀ ਆਪੂ ਆਖਸਾਂ ਯਾਰਾ, ਮਾੜੇ ਨਾਲ ਪੜ੍ਹਨੇ ਰੇ ਕਾਜ਼ੀ ਹੋਰ, ਹਾਂ 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 ਇਸੇ ਤਰ੍ਹਾਂ, ਹਾਂ ਇਹ ਜੀ ਗੱਲ ਨਹੀਂ, ਅਸਾਂ ਨਗੋਟੀਏ ਯਾਰ ਹਾਂ, ਤਾਂ ਜੋਲ ਮਾੜਾ ਪੁੱਤਰ ਪਰੇਸ਼ਾਨ ਨਾ ਹੋਇਆ ਕਰ, ਅੱਲਾ ਫਿਰ ਮੈਂ ਉੱਥੇ ਗੱਛੀ ਰਾਬਤਾ ਕਰਾਸਾਂ ਕਿਸੇ ਨਾਲ, ਕੱਲ੍ਹ ਮੈਂ ਗਿਆ ਸਾਂ ਉਦੋਂ ਅੱਜ ਕਈ ਵੇ, ਅੱਜ ਪਹਿਲਾਂ ਹੀ ਮਹਿੰਦੀ ਲਗੀ ਆ, ਅੱਗੇ ਚਲਾ ਕੇ ਅੱਜ ਗੋ ਨਾ ਉਹ ਚੱਲਿਆ, ਕੱਲ੍ਹ ਤੁਹਾਡਾ ਪਹਿਲਾ ਦਿਹਾੜਾ ਅਸੀਂ ਕੰਮ ਸਿੱਖਣੇ ਨਾ, ਅੱਜ ਤੂੰ ਗੋ ਉਹਨਾਂ ਨਾਲ ਗੱਲਬਾਤ ਕਰੀ, ਤੂੰ ਮੈਂ ਕੰਮ ਸਿੱਖਣਾ ਸ਼ੁਰੂ ਕਰੀ ਦੇਸਾਂ, ਇਹ ਠੀਕ ਆ, ਫਿਰ ਕੱਲ੍ਹ ਜਲ ਕੋਲ ਸਾਹ ਹੋਰ ਕੋਲ ਗਿਆ ਸੀ ਨਾ, ਆਖਸੀ ਚਾਹੀਦਾ ਭਾਈਆ, ਮੈਂ ਅੱਜ ਨਾ ਦੱਸਣਾ ਕੱਲ੍ਹ ਗਿਆ ਸਾਂ, ਅੱਜ ਕੱਲ੍ਹ ਕਰਦੇ ਹੋ ਬੰਦਾ ਬਹੁਤ ਪਿੱਛਾ ਰਹੀ ਦੱਸਣਾ, ਹਾਂ ਮਾੜੀ ਗੱਲ ਸਮਝਿਆ ਕਰ, ਗੋ ਠੀਕ ਹੈ ਚਾਚਾ, ਅੱਲਾ ਨੇ ਵਾਲਾ ਬਹੁਤ ਕੋ ਚਾਹ ਪਾਣੀ ਪੀ ਚਲਾ ਕੇ ਛਿਆ, ਥੋੜੀ ਆਸਾਂ ਗੱਲਬਾਤ ਕਰੀ ਫਿਰ ਤੁਸੀਂ, ਠੀਕ ਹੈ ਚਾਚਾ, ਕਿਆ ਯਾਰ ਇਹਨਾਂ ਲੋਕਾਂ ਤਮਾਸ਼ੇ ਬਣਾਏ ਹੋਏ ਅੱਲਾ ਨੇ ਕਿਸੇ, ਹਾਏ ਹਾਏ।